ਟਾਪਿਕ ਅਲਰਜੀਸ when you have gone to new place and suddenly you start sneezing wheezing for no explained reason and when you went away your symptoms disappeared ਜਦ ਤੁਸੀਂ ਕਈ ਵਾਰ ਨਵੀਂ ਜਗ੍ਹਾ ਤੇ ਜਾਂਦੇ ਹੋ ਇੱਕਦਮ ਤੁਹਾਨੂੰ ਸਨੀਜ਼ਿੰਗ ਹੋਣ ਲੱਗ ਜਾਂਦੀ ਆ ਪਰ ਇਹਦਾ ਕੋਈ ਪ੍ਰੋਪਰ ਰੀਜ਼ਨ ਨਹੀਂ ਹੁੰਦਾ ਜਦ ਤੁਸੀਂ ਉਸ ਜਗ੍ਹਾ ਤੋਂ ਚਲੇ ਜਾਂਦੇ ਹੋ ਸਿੰਪਟਮਸ ਕੀ ਹੋ ਜਾਂਦੇ ਨੇ ਡਿਸਪੀਅਰ ਹੋ ਜਾਂਦੇ ਨੇ ਡਿਡ ਥਿਸ ਹੈਪਨ ਟੂ ਯੂ ਕੀ ਤੁਸੀਂ ਕਦੇ ਇਦਾਂ ਫੇਸ ਕੀਤਾ ਹੈ ਸਮ ਆਫ ਅਸ ਆਰ ਸੈਂਸਿਟਿਵ ਟੂ ਸਮ ਪਾਰਟਿਕਲਸ ਇਨ ਦਾ এনवायरमेंट ਆਪਣੇ ਵਿੱਚੋਂ ਕੁਝ ਸੈਂਸਿਟਿਵ ਹੁੰਦੇ ਨੇ ਕੁਝ ਪਾਰਟਿਕਲਸ ਦੇ ਵਾਸਤੇ ਜੋ ਆਪਣੇ এনवायरमेंट ਦੇ ਵਿੱਚ ਨੇ ਦਾ ਅਬ ਮੈਂਸ਼ਨਡ ਰੈਕਸ਼ਨ ਕੁਡ ਬੀ ਬਿਕੋਜ਼ ਆਫ ਅਲਰਜੀ ਟੂ ਪੋਲਨ ਮਾਈਟ ਸੈਕਟਰਾ ਜੋ ਆਪਾਂ ਉੱਪਰ ਪੜਿਆ ਹੈ ਵੀ ਆਪਾਂ ਨੂੰ ਸਨੀਜ਼ਮ ਵਗੈਰਾ ਹੋ ਜਾਂਦੀ ਆ ਨਿਊ ਪਲੇਸ ਦੇ ਉੱਤੇ ਇਹਦਾ ਕਾਰਨ ਕੀ ਆ ਅਲਰਜੀ ਹੁੰਦੀ ਆਪਾਂ ਨੂੰ ਪੋਲਨਸ ਤੋਂ ਪੋਲਨ ਡਸਟ ਪਾਰਟਿਕਲਸ ਹੋਗੇ ਪੋਲਨ ਗ੍ਰੇਨਸ ਹੋਗੇ ਫਲਾਸ ਤੋਂ ਮਾਈਟਸ ਰਿਸੈਪਟਰ ਆ ਵਿਚ ਆ ਡਿਫਰੈਂਟ ਇਨ ਡਿਫਰੈਂਟ ਪਲੇਸਿਸ ਅਲੱਗ-ਅਲੱਗ ਥਾਵਾਂ ਤੇ ਉੱਪਰ ਅਲੱਗ-ਅਲੱਗ ਨੇ ਪੋਲਨਸ ਅਲੱਗ-ਅਲੱਗ ਨੇ ਮਾਈਟਸ ਅਲੱਗ-ਅਲੱਗ ਨੇ ਠੀਕ ਹੈ ਜੀ ਦਾ ਐਕਸ ਐਗਰੀਗੇਟਡ ਰਿਸਪੌਂਸ ਆਫ ਦਾ ਇਮਿਊਨ ਸਿਸਟਮ ਟੂ ਸਰਟਨ ਐਂਟੀਜਨਸ ਪ੍ਰੈਜ਼ੈਂਟ ਇਨ ਦਾ এনवायरमेंट ਇਜ਼ ਕਾਲਡ ਅਲਰਜੀ ਦਾ ਐਕਸ ਐਗਰੀਗੇਟਿਡ ਰਿਸਪੌਂਸ ਆਫ ਦਾ ਇਮਿਊਨ ਸਿਸਟਮ ਆਪਣੇ ਇਮਿਊਨ ਸਿਸਟਮ ਦਾ ਟੋਟਲ ਰਿਸਪੌਂਸ ਟੂ ਸਰਟਨ ਐਂਟੀਜਨਸ ਜੋ ਆਪਣੇ এনवायरमेंट ਦੇ ਵਿੱਚ ਨੇ ਉਹਨੂੰ ਕੀ ਕਹਿੰਦੇ ਆ ਆਪਾਂ ਅਲਰਜੀ ਕਹਿੰਦੇ ਆ ਆਪਣੇ ਇਮਿਊਨ ਸਿਸਟਮ ਦਾ ਰਿਸਪੌਂਸ ਦੇਣਾ ਐਂਟੀਜਨਸ ਦੇ ਖਿਲਾਫ ਜੋ ਆਪਣੇ এনवायरमेंट ਦੇ ਵਿੱਚ ਨੇ ਉਹ ਕੰਡੀਸ਼ਨ ਕੀ ਹੋ ਗਈ ਅਲਰਜੀ ਦਾ ਸਬਸਟੈਂਸਸ ਟੂ ਵਿਚ ਸਚ ਐਨ ਇਮਿਊਨ ਰਿਸਪੌਂਸ ਇਜ਼ ਪ੍ਰੋਡਿਊਸਡ ਆਰ ਕਾਲਡ ਅਲਰਜਨਸ ਅਲਰਜਨਸ ਕੀ ਨੇ ਜਿਨ੍ਹਾਂ ਨੇ ਅਲਰਜੀ ਕਰਨੀ ਆ ਆਪਣੇ ਇਮਿਊਨ ਸਿਸਟਮ ਦਾ ਰਿਸਪੌਂਸ ਹੋਣਾ ਰਿਸਪੌਂਸ ਕਰਨਾ ਕਿਹਦੇ ਖਿਲਾਫ ਐਂਟੀਜਨਸ ਦੇ ਖਿਲਾਫ ਜੋ ਆਪਣੇ এনवायरमेंट ਦੇ ਵਿੱਚ ਨੇ ਠੀਕ ਹੈ ਜੀ ਇਹਨਾਂ ਐਂਟੀਜਨਸ ਨੂੰ ਆਪਾਂ ਕੀ ਕਹਿੰਦੇ ਆ ਅਲਰਜਨਸ ਕਹਿੰਦੇ ਆ ਅਲਰਜਨਸ ਕੀ ਨੇ ਉਹ ਏਜੈਂਟਸ ਨੇ ਜਿਨ੍ਹਾਂ ਨੇ ਆਪਾਂ ਨੂੰ ਕੀ ਕਰਨੀਆਂ ਅਲਰਜੀ ਕਰਨੀਆਂ ਦਾ ਐਂਟੀਬਾਡੀਜ਼ ਪ੍ਰੋਡਿਊਸ ਟੂ ਥੀਜ਼ ਆਰ ਆਈ ਜੀ ਈ ਇਮ्युनोग्लोबुलिन ਈ ਟਾਈਪ ਜੋ ਆਪਣਾ ਇਮਿਊਨ ਸਿਸਟਮ ਫਿਰ ਐਂਟੀਬਾਡੀਜ਼ ਰਿਲੀਜ਼ ਕਰਦਾ ਆ ਟੂ ਸਪਰੈਸ ਦਾ ਐਂਟੀਜਨਸ ਕਿਹੜੀ ਐਂਟੀਬਾਡੀ ਰਿਲੀਜ਼ ਕਰਦਾ ਆ ਆਈਜੀਈ ਟਾਈਪ ਕਮਨ ਐਗਜ਼ੈਂਪਲਸ ਆਫ ਅਲਰਜੀ ਅਲਰਜਨਸ ਆਰ ਮਾਈਟਸ ਇਨ ਡਸਟ ਪੋਲਨਸ ਐਨੀਮਲ ਡੈਂਡਰ ਐਟ ਸੈਟਰਾ ਲਾਈਕ ਜਿੱਦਾਂ ਹਿਊਮਨ ਬੀਇੰਗਸ ਦੇ ਵਿੱਚ ਡੈਂਡਰਫ ਹੁੰਦਾ ਡੈਂਡਰ ਸਿੰਟਮਸ ਆਫ ਅਲਰਜੀਕ ਰੈਐਕਸ਼ਨ ਇਨਕਲੂਡਿੰਗ ਸਨੀਜ਼ਿੰਗ ਅਲਰਜੀਕ ਰਿਐਕਸ਼ਨਸ ਦੇ ਸਿੰਪਟਮਸ ਕੀ ਨੇ ਸਨੀਜ਼ਿੰਗ ਵਾਟਰਿੰਗ ਵਾਟਰੀ ਆਈਜ਼ ਰਨਿੰਗ ਨੋਜ਼ ਐਂਡ ਡਿਫਿਕਲਟੀ ਇਨ ਬਰੀਥਿੰਗ ਇਹ ਸਾਰੇ ਕੀ ਨੇ ਸਿੰਪਟਮਸ ਨੇ ਅਲਰਜੀ ਇਜ਼ ਡਿਊ ਟੂ ਦਾ ਰਿਲੀਜ਼ ਆਫ ਕੈਮੀਕਲਸ ਲਾਈਕ ਹਿਸਟਾਮਿਨ ਐਂਡ ਸੈਰੋਟਿਨ ਫਰੋਮ ਦਾ ਮਾਸ ਸੈਲ ਅਲਰਜੀ ਇਜ਼ ਡਿਊ ਟੂ ਦਾ ਕਿਹਦੇ ਕਰਕੇ ਹੁੰਦੀ ਆ ਕੈਮੀਕਲ ਰਿਲੀਜ਼ ਹੁੰਦੇ ਨੇ ਕਿਹੜੇ ਹਿਸਟਾਮਿਨ ਤੇ ਸੈਰੋਟਿਨ ਕਿੱਥੋਂ ਰਿਲੀਜ਼ ਹੁੰਦੇ ਨੇ ਫਰੋਮ ਦਾ ਮਾਸ ਸੈਲ ਫੋਰ ਡਿਟਰਮਾਈਨਿੰਗ ਦਾ ਕਾਜ਼ ਆਫ ਅਲਰਜੀ ਦਾ ਪੇਸ਼ੈਂਟ ਇਜ਼ ਐਕਸਪੋਜ਼ ਟੂ ਔਰ ਇੰਜੈਕਟਡ ਵਿਦ ਵੈਰੀ ਸਮਾਲ ਡੋਜ਼ਿਸ ਆਫ ਪੋਸੀਬਲ ਅਲਰਜੈਂਸ ਕੌਜ਼ ਫਾਈਂਡ ਆਊਟ ਕਰਨ ਲਈ ਅਲਰਜੀ ਦਾ ਹੈਗਾ ਕੀ ਆ ਪੇਸ਼ੈਂਟ ਨੂੰ ਕੀ ਕੀਤਾ ਜਾਂਦਾ ਇੰਜੈਕਟ ਕੀਤਾ ਜਾਂਦਾ ਕਾਦੇ ਨਾਲ ਕੀ ਦਿੱਤਾ ਜਾਂਦਾ ਉਹਨੂੰ ਸਮਾਲ ਡੋਜ਼ੀ ਸਮਾਲ ਵੈਰੀ ਸਮਾਲ ਡੋਜ਼ੀਸ ਆਫ ਪੋਸੀਬਲ ਅਲਰਜਨ ਜਿਨ੍ਹਾਂ ਨੇ ਅਲਰਜੀ ਕਰਨੀਆਂ ਦਿੱਤੀਆਂ ਜਾਂਦੀਆਂ ਨੇ ਐਂਡ ਦਾ ਰਿਐਕਸ਼ਨ ਸਟਡੀ ਫਿਰ ਰੈਕਸ ਸਟਡੀ ਕਰਦੇ ਨੇ ਵੀ ਹੋਇਆ ਕੀ ਆ ਦਾ ਯੂਜ਼ ਆਫ ਦਾ ਡਰੱਗਸ ਲਾਈਕ ਐਂਟੀ ਹਿਸਟਾਮੀਨਸ ਐਡਰੇਨਾਲੀਨ ਐਂਡ ਸਟੀਰੋਇਡਸ ਕਵਿਕਲੀ ਰਿਡਿਊਸ ਦਾ ਸਿੰਪਟਮਸ ਆਫ ਅਲਰਜੀ ਦਾ ਯੂਜ਼ ਆਫ ਡਰੱਗਸ ਡਰੱਗਸ ਕਿਹੜੇ ਐਂਟੀ ਹਿਸਟਾਮੀਨਸ ਉੱਪਰ ਹਿਸਟਾਮੀਨ ਰਿਲੀਜ਼ ਹੋਏ ਸੀਗੇ ਠੀਕ ਹੈ ਜੀ ਜਦੋਂ ਅਲਰਜੀ ਹੋਈ ਆ ਦਾ ਯੂਜ਼ ਆਫ ਡਰਗ ਕਿਹੜੇ ਐਂਟੀ ਹਿਸਟਾਮੀਨ ਦਿੱਤੇ ਜਾਂਦੇ ਨੇ ਐਡਰੀਨਾਲੀਨ ਐਂਡ ਸਟੀਰੋਇਡਸ ਇਹ ਕੀ ਕਰਦੇ ਨੇ ਕੁਕਲੀ ਰਿਡਿਊਸ ਘਟਾ ਦਿੰਦੇ ਨੇ ਅਲਰਜੀ ਨੂੰ ਸਮ ਹਾ ਮਾਡਰਨ ਡੇ ਦਾ ਲਾਈਫ ਸਟਾਈਲ ਹੈਜ਼ ਰਿਜ਼ਲਟਡ ਇਨ ਲੋਰਿੰਗ ਆਫ ਇਮਿਊਨਿਟੀ ਐਂਡ ਆਰ ਮੋਰ ਸੈਂਸਿਟੀਵਿਟੀ ਟੂ ਅਲਰਜਨਸ ਆਪਣਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਆਪਣੀ ਇਮਿਊਨਿਟੀ ਆ ਜਿਹੜੀ ਬਹੁਤ ਘਟ ਗਈ ਆ ਆਪਾਂ ਬਹੁਤ ਸੈਂਸਿਟਿਵ ਹੋ ਗਏ ਆ ਅਲਰਜਨਸ ਦੇ ਲਈ more and more children in metro cities of india suffer from the allergies and asthma due to the sensitive of, sensitivity of the environment this could be because of the protected environment provided early in life